ਪਟਵਾਰਾ ਦੀ ਤੇ ਉਹ ਫਿਜ਼ੀਕਲ ਅਪੀਅਰੈਂਸ ਅੱਜ ਹੋਣੀ ਸੀ ਮੋਹਾਲੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਕੇਸਿਸ ਸੀਗੇ ਕਿਹੜੇ ਕੇਸ 'ਚ ਹੋਣੀ ਸੀਗੀ ਤੇ ਅੱਜ ਉਹਨਾਂ ਦੀ ਨਹੀਂ ਹੋ ਸਕੀ ਕੀ ਕਾਰਨ ਨੇ ਇੱਕ ਆਦਮੀ ਜਿਹੜਾ ਹੈ 20 ਸਾਲ ਤੋਂ ਵਿਦਆਊਟ ਟ੍ਰਾਇਲ ਰਹਿਣਾ ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਹੋ ਸਕਦਾ ਇਸ ਤੋਂ ਵੱਡਾ ਕਾਨੂੰਨੀ ਜਿਹੜੀ ਹੈ ਗੈਰ ਕਾਨੂੰਨੀ ਕੋਈ ਨਹੀਂ ਹੋ ਸਕਦੀ ਮੁਲਜ਼ਮ ਕਹਿ ਰਿਹਾ ਵੀ ਮੇਰਾ ਕੇਸ ਫੈਸਲਾ ਕਰੋ ਮੇਰੇ ਟ੍ਰਾਈ ਕਰਕੇ ਮੈਨੂੰ ਜਿਹੜਾ ਫੈਸਲਾ ਦਿਓ ਔਰ ਸਟੇਟ ਜਿਹੜੀ ਹੈ ਉਹ ਕੋਈ ਨਾ ਕੋਈ ਬਹਾਨਾ ਲੱਭਦੀ ਹੈ ਇੱਕ ਕੇਸ ਜਿਹਦੇ 'ਚ ਛੋਟੀ ਜਿਹੀ ਸਜ਼ਾ ਹੋ ਸਕਦੀ ਹੈ ਉਹ 25 ਸਾਲ ਦਾ 20 ਸਾਲ ਦਾ ਬੰਦੇ ਨੂੰ ਅੰਦਰ ਰੱਖਣਾ ਕਿਹੜਾ ਅਤੇ ਜੇਲ੍ਹ ਬ੍ਰੇਕ ਨਹੀਂ ਭੁੱਲਿਆ ਜਾ ਸਕਦਾ ਉਹ ਵੀ ਇੱਕ ਜਿਹੜੀ ਗੱਲ ਸੀ ਕਿਤੇ ਉਹ ਉਸ ਇੰਪੈਕਟ ਦੇ ਨੀਚੇ ਤਾਂ ਨਹੀਂ ਸਟੇਟ ਜਿਹੜਾ ਹੈ ਵਾਰ ਵਾਰ ਅਪੀਲ ਲੈ ਰਿਹਾ ਜੇ ਉਹਨਾਂ ਨੇ ਜੇਲ੍ਹ ਬ੍ਰੇਕ ਕੀਤੀ ਹੈ ਨਾ ਉਹ ਕੇਸ ਚੱਲਿਆ ਹੈ ਉਹਨਾਂ 'ਚ ਇਹਨਾਂ ਨੇ ਸਜ਼ਾ ਹੋ ਗਈ ਭੁਗਤ ਵੀ ਲਈ ਹੈ ਉਹਦਾ ਡਿਫੈਂਸ ਜਿਹੜਾ ਉਹਦਾ ਰਾਈਟ ਲੈ ਲੈਣਾ ਵੀ ਉਹਨੂੰ ਪੇਸ਼ ਹੀ ਨਹੀਂ ਕਰਨਾ ਉਹ ਆਪਣੇ ਵਕੀਲ ਨੂੰ ਨਹੀਂ ਮਿਲ ਸਕਦਾ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਮਿਲ ਸਕਦਾ ਕਾਹਦਾ ਟ੍ਰਾਇਲ ਹੈ ਪਿਛਲੀ ਦਫ਼ਾ ਇੱਕ ਮਜਿਸਟਰੇਟ ਨੇ ਵਾਰੰਟ ਇਸ਼ੂ ਵੀ ਕੀਤੇ ਉਹਦੇ ਲੇਕਿਨ ਉਹ ਵਾਰੰਟ ਜਿਹੜੇ ਜਾਣ ਬੁੱਝ ਕੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਕਹਿੰਦੇ ਪ੍ਰੋਡਕਸ਼ਨ ਮਤਲਬ ਉਹਨੂੰ ਪ੍ਰੋਡਿਊਸ ਕਰੋ ਉਹਨਾਂ ਨੇ ਉੱਥੇ ਜਾ ਕੇ ਲੈ ਕੇ ਨਹੀਂ ਗਏ ਦਿੱਲੀ ਵਾਲਿਆਂ ਨੇ ਇੱਕ ਚਿੱਠੀ ਲਿਖ ਦਿੱਤੀ ਆ ਕਿ ਅਸੀਂ ਪੇਸ਼ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ 15 ਅਗਸਤ ਦੇ ਕਰਕੇ ਜਿਹੜੀ ਇਹ ਪੁਲਿਸ ਫੋਰਸ ਨਹੀਂ ਹੈਗੀ ਇਸ ਕਰਕੇ ਜਿਹੜਾ ਵੀਡੀਓ ਕਾਨਫਰੰਸ ਜਿਹੜੀ ਕਰ ਲਈ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਕਈ ਕੇਸ ਨੇ ਜਿਹੜੇ ਉਹ ਲਟਕੇ ਹੋਏ ਨੇ ਜਿਹੜੇ ਚੰਡੀਗੜ੍ਹ ਦੇ ਨਾਲ ਰਿਲੇਟ ਕਰਦੇ ਆ ਉਹਨਾਂ ਦੇ ਲਈ ਜਿਹੜਾ ਮੋਰਚਾ ਲਾਇਆ ਗਿਆ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਬਰੂਹਾਂ 'ਤੇ ਉਹਦੇ ਵਿੱਚ ਵੀ ਵਾਰ ਵਾਰ ਜਿਹੜੇ ਕੌਮੀ ਇਨਸਾਫ ਮੋਰਚਾ ਜਿਹੜਾ ਲਾਇਆ ਗਿਆ ਉਸ 'ਚ ਵੀ ਵਾਰ ਵਾਰ ਇਹੀ ਗੱਲ ਕਹੀ ਜਾ ਰਹੀ ਕਿ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਮੇਨ ਲੈ ਕੇ ਉਹ ਚੱਲ ਰਹੇ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹਵਾਰਾ ਦੀ ਜਿਹੜੀ ਇੱਥੇ ਪੇਸ਼ੀ ਹੋਣੀ ਹੈ ਫਿਜ਼ੀਕਲੀ ਇੱਥੇ ਲੈ ਕੇ ਆਉਣ ਅਤੇ ਪੇਸ਼ ਕਰਨ ਦੀ ਗੱਲ ਵੀ ਜਿਹੜੀ ਹੈ ਉਹ ਇਸ ਚੀਜ਼ ਦੀ ਵੀ ਮੰਗ ਕਰ ਰਹੇ ਨੇ ਅੱਜ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਸੀਗੀ ਪਰ ਅੱਜ ਵੀ ਵੀਡੀਓ ਕਾਨਫਰੰਸਿੰਗ ਦੀ ਰਾਹੀਂ ਹੀ ਹੋਈ ਹੈ ਫਿਜ਼ੀਕਲ ਅਪੀਅਰੈਂਸ ਜਿਹੜੀ ਹੈ ਮੋਹਾਲੀ ਕੋਰਟ ਦੇ ਵਿੱਚ ਨਹੀਂ ਹੋ ਸਕੀ ਅਮਰ ਸਿੰਘ ਚਹਿਲ ਜਿਹੜੇ ਉਹਨਾਂ ਦੇ ਵਕੀਲ ਨੇ ਬਹੁਤ ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਦੇ ਬਾਬਤ ਸਰ ਅੱਜ ਪੇਸ਼ੀ ਸੀਗੀ ਜੀ ਹਵਾਰਾ ਦੀ ਅਤੇ ਉਹ ਫਿਜ਼ੀਕਲ ਅਪੀਅਰੈਂਸ ਅੱਜ ਹੋਣੀ ਸੀ ਮੋਹਾਲੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਕੇਸਿਸ ਸੀਗੇ ਕਿਹੜੇ ਕੇਸ 'ਚ ਹੋਣੀ ਸੀਗੀ ਅਤੇ ਅੱਜ ਉਹਨਾਂ ਦੀ ਨਹੀਂ ਹੋ ਸਕੀ ਕੀ ਕਾਰਨ ਨੇ ਮੋਹਾਲੀ ਦੇ ਵਿੱਚ 2 ਕੇਸ ਨੇ ਜੀ ਉਹਨਾਂ ਦੇ ਵਿੱਚ ਜਿਹੜੇ ਕੇਸ ਨੇ ਬੜੇ 25 ਸਾਲ ਤੋਂ ਜਾਂ 20 ਸਾਲ ਤੋਂ ਪੈਂਡਿੰਗ ਨੇ ਬੜੀ ਬਦਕਿਸਮਤੀ ਹੈ ਇਹ ਕੇਸ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਵੀ ਦੇਖੋ 20 ਜਾਂ 25 ਸਾਲ ਦੇ ਦਰਮਿਆਨ ਨਾ ਤਾਂ ਬੰਦੇ ਨੂੰ ਉਸਦਾ ਕੇਸਾਂ 'ਚ ਪੇਸ਼ ਕੀਤਾ ਗਿਆ ਨਾ ਇਨਵੈਸਟੀਗੇਸ਼ਨ ਜੁਆਇਨ ਕਰਵਾਈ ਗਈ ਹੈ ਨਾ ਚਲਾਨ ਜਿਹੜਾ ਉਹਨਾਂ ਦਾ ਪੇਸ਼ ਕੀਤਾ ਗਿਆ ਹੈ ਉਹ ਵੀ ਸਾਡੇ ਕਹਿਣ 'ਤੇ ਜਿਹੜਾ ਇਹ ਚਲਾਨ ਪੇਸ਼ ਜਿਹੜਾ ਪਿਛਲੇ 3-4 ਮਹੀਨੇ ਹੋਏ ਨੇ ਉਦੋਂ ਪੇਸ਼ ਹੋਇਆ ਹੈ ਹੁਣ ਪੇਸ਼ ਹੋਣ ਤੋਂ ਬਾਅਦ ਹੁਣ ਜਿੰਨਾ ਚਿਰ ਮੁਲਾਜ਼ਮ ਨਹੀਂ ਪੇਸ਼ ਹੁੰਦਾ ਉਹਨਾਂ ਚਿਰ ਕੇਸ ਨਹੀਂ ਚੱਲ ਸਕਦਾ ਅਸੀਂ ਉਦੋਂ ਤੋਂ ਹੀ ਕਹਿ ਰਹੇ ਹਾਂ ਵੀ ਉਹਨੂੰ ਜਿਹੜਾ ਪੇਸ਼ ਕਰਾਓ ਤਾਂ ਕੇਸ ਚਲਾਓ ਉਹ ਕਦੀ ਕੋਈ ਬਹਾਨਾ ਲੈ ਲੈਂਦੇ ਕਦੀ ਕੋਈ ਬਹਾਨਾ ਲੈ ਲੈਂਦੇ ਨੇ ਪਿਛਲੀ ਦਫ਼ਾ ਇੱਕ ਮਜਿਸਟਰੇਟ ਨੇ ਵਾਰੰਟ ਇਸ਼ੂ ਵੀ ਕੀਤੇ ਉਹਦੇ ਲੇਕਿਨ ਉਹ ਵਾਰੰਟ ਜਿਹੜੇ ਜਾਣ ਬੁੱਝ ਕੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਕਹਿੰਦੇ ਪ੍ਰੋਡਕਸ਼ਨ ਮਤਲਬ ਉਹਨੂੰ ਪ੍ਰੋਡਿਊਸ ਕਰੋ ਉਹਨਾਂ ਨੇ ਉੱਥੇ ਜਾ ਕੇ ਲੈ ਕੇ ਨਹੀਂ ਗਏ ਮੋਹਾਲੀ ਪੁਲਿਸ ਵਾਲੇ ਉਹ ਕਹਿੰਦੇ ਜੀ ਅਸੀਂ ਈਮੇਲ ਰਾਹੀਂ ਉੱਥੇ ਭੇਜ ਦਿੱਤਾ ਇਹ ਕਦੀ ਵੀ ਜਿਹੜਾ ਹੈ ਸਾਡੀ ਲੀਗਲ ਹਿਸਟਰੀ ਦੇ ਵਿੱਚ ਕਿਸੇ ਵਾਰੰਟ ਆਫ ਪ੍ਰੋਡਕਸ਼ਨ ਨੂੰ ਈਮੇਲ ਰਾਹੀਂ ਐਕਸੀਕਿਊਟ ਨਹੀਂ ਹੋ ਸਕਦਾ ਐਕਸੀਕਿਊਟ ਦਾ ਮਤਲਬ ਹੈ ਫਿਜ਼ੀਕਲੀ ਉਹ ਲੈ ਕੇ ਜਾਵੇ ਫੋਰਸ 'ਤੇ ਲੈ ਕੇ ਉੱਥੋਂ ਆਵੇ ਸੋ ਪਿਛਲੀ ਵਾਰ ਉਹਨਾਂ ਨੇ ਇਹ ਜਿਹੜਾ ਸੀ ਮਾਮਲਾ ਜਿਹੜਾ ਇੱਕ ਰਕਮ ਦਾ ਮੈਂ ਤਾਂ ਕਹੂੰਗਾ ਡਰਾਮਾ ਹੀ ਕੀਤਾ ਹੈ ਇੱਕ ਕਾਨੂੰਨੀ ਪ੍ਰਕਿਰਿਆ ਜਿਹੜਾ ਸੀ ਉਹਨੂੰ ਜਿਹੜਾ ਹੈ ਉਹਨੂੰ ਫੋਲੋ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਇਹ ਜਿਹੜੇ ਕੇਸ ਨੇ ਦੋਨੋਂ ਇੱਕੇ ਜੱਜ ਕੋਲ ਚਲੇ ਗਏ ਐਡੀਸ਼ਨਲ ਡਿਸਟ੍ਰਿਕਟ ਜੱਜ ਸੈਸ਼ਨ ਜੱਜ ਕੋਲ ਚਲੇ ਗਏ ਮੋਹਾਲੀ ਉਹਨਾਂ ਨੇ ਪਿਛਲੀ ਪੇਸ਼ੀ 'ਤੇ ਔਡਰ ਕੀਤੇ ਸੀ ਵੀ ਇਹਨਾਂ ਨੂੰ ਇੱਥੇ ਪੇਸ਼ ਕੀਤਾ ਜਾਵੇ ਪਰਸਨਲੀ ਪੇਸ਼ ਕੀਤਾ ਜਾ ਕੇ ਤਾਂ ਕਿ ਚਲਾਨ ਜਿਹੜਾ ਪੇਸ਼ ਹੋਇਆ ਅਤੇ ਉਹਨਾਂ ਦੇ ਖਿਲਾਫ਼ ਚਾਰਜ ਫਰੇਮ ਕੀਤਾ ਜਾਵੇ ਕੇਸ ਜਿਹੜਾ ਹੈ ਚਾਰਜ ਤੋਂ ਬਾਅਦ ਫਿਰ ਐਵੀਡੈਂਸ ਲਈ ਲੱਗੇਗਾ ਉਹ ਬਦਕਿਸਮਤੀ ਹੈਗੀ ਵੀ ਉਹ ਵਾਰੰਟ ਆਫ ਪ੍ਰੋਡਕਸ਼ਨ ਲੈ ਕੇ ਨਹੀਂ ਗਏ ਫਿਰ ਦਿੱਲੀ ਦੇ ਆਏ ਦਿੱਲੀ ਵਾਲਿਆਂ ਨੇ ਇੱਕ ਚਿੱਠੀ ਲਿਖ ਦਿੱਤੀ ਆ ਵੀ ਅਸੀਂ ਪੇਸ਼ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ 15 ਅਗਸਤ ਦੇ ਕਰਕੇ ਜਿਹੜੀ ਇਹ ਪੁਲਿਸ ਫੋਰਸ ਨਹੀਂ ਹੈਗੀ ਇਸ ਕਰਕੇ ਜਿਹੜਾ ਵੀਡੀਓ ਕਾਨਫਰੰਸ ਜਿਹੜੀ ਕਰ ਲਈ ਜਾਵੇ ਉਹ ਜੱਜ ਨੇ ਜਿਹੜਾ ਹੈ ਕੱਲ੍ਹ ਔਡਰ ਤਬਦੀਲ ਕਰਕੇ ਇਹ ਕਿਹਾ ਵੀ ਅੱਜ ਉਹਦੀ ਜਿਹੜੀ ਹੈ ਪੇਸ਼ੀ ਉਹ ਵੀਡੀਓ ਕਾਨਫਰੰਸ ਹੋਵੇਗੀ
ਅਤੇ ਇਸ ਕਰਕੇ ਜਿਹੜਾ ਕੇਸ ਅੱਜ ਲਈ ਰਿਜਨ ਕਰ ਦਿੱਤਾ। ਅੱਜ ਵੀ ਫਿਰ ਕੁਛ ਨਹੀਂ ਹੋਇਆ ਕਿਉਂਕਿ ਬੰਦਾ ਲਿਆਂਦਾ ਨਹੀਂ ਗਿਆ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਉਹਦੀ ਪੇਸ਼ੀ ਜਿਹੜੀ ਹੈ ਅੱਗੇ ਜਿਹੜੀ 17 ਨੂੰ ਪਾ ਦਿੱਤੀ ਗਈ ਹੈ ਵੀ ਉਹ ਦਿਨ ਦੇਖਿਆ ਜਾਏਗਾ ਕੀ ਕਰਨਾ ਹੈ। ਸੋ ਇਹ ਗੱਲ ਜਿਹੜੀ ਹੈਗੀ ਆ, ਮਤਲਬ ਇੱਕ ਆਦਮੀ ਜਿਹੜਾ ਹੈ 20 ਸਾਲ ਤੋਂ ਵਿਦਾਊਟ ਟਰਾਇਲ ਰਹਿਣਾ, ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਹੋ ਸਕਦਾ। ਇਸ ਤੋਂ ਵੱਡਾ ਕਾਨੂੰਨੀ ਜਿਹੜੀ ਹੈ ਗੈਰ ਕਾਨੂੰਨੀ ਕੋਈ ਨਹੀਂ ਹੋ ਸਕਦੀ। ਦੇਖੋ ਅਸੀਂ ਕਹਿ ਰਹੇ, ਮੁਲਜ਼ਮ ਕਹਿ ਰਿਹਾ ਵੀ ਮੇਰਾ ਕੇਸ ਫੈਸਲਾ ਕਰੋ, ਮੇਰੇ ਟਰਾਏ ਕਰਕੇ ਮੈਨੂੰ ਜਿਹੜਾ ਫੈਸਲਾ ਦਿਓ, ਔਰ ਸਟੇਟ ਜਿਹੜੀ ਹੈ ਉਹ ਕੋਈ ਨਾ ਕੋਈ ਬਹਾਨਾ ਲੱਭਦੀ ਹੈ। ਹੁਣ ਪੇਸ਼ ਕਰਨਾ ਜਿਹੜਾ ਸਰਕਾਰ ਦੀ ਡਿਊਟੀ, ਸਾਡੀ ਡਿਊਟੀ ਤਾਂ ਨਹੀਂ ਨਾ ਜੀ। ਇਹ ਗੱਲ ਕਹੀ ਜਾਣੀ ਵੀ ਸਿਕਿਉਰਟੀ ਚਾਹੀਦੀ ਹੈ, ਸਿਕਿਉਰਟੀ ਚਾਹੀਦੀ। ਹੁਣ ਸਿਕਿਉਰਟੀ ਇੰਨੇ ਵੱਡੀ ਫੋਰਸ ਹੈ ਯੂਟੀ ਤੋਂ, ਜਿਹੜੀ ਪੰਜਾਬ ਸਰਕਾਰ ਹੈ ਅਤੇ ਜਿਹੜੀ ਦਿੱਲੀ ਸਰਕਾਰ ਹੈ, ਉਹ ਕੋਈ 5-10 ਆਦਮੀ ਜਿਹੜੇ ਆ ਉਹ ਸਪੇਅਰ ਨਹੀਂ ਕਰ ਸਕਦੀ ਵੀ ਉਹਨੂੰ ਲੈ ਕੇ ਜਿਹੜਾ ਦਿੱਲੀ ਜਾਵੇ। ਅੱਗੇ ਉਹਨੂੰ ਕਦੀ ਅਨੰਦਪੁਰ ਪੇਸ਼ ਕਰਦੇ ਰਹੇ, ਕਦੀ ਲੁਧਿਆਣੇ ਪੇਸ਼ ਕਰਦੇ ਰਹੇ, ਕਦੀ ਹੋਰ ਥਾਵਾਂ 'ਤੇ ਪੇਸ਼ ਕਰਦੇ ਰਹੇ। ਉਦੋਂ ਤਾਂ ਕੋਈ ਸਿਕਿਉਰਟੀ ਦਾ ਝਗੜਾ ਨਹੀਂ ਸੀ, ਹੁਣ ਤਾਂ ਉਹਨਾਂ ਹਾਲਾਤਾਂ 'ਚ ਕੋਈ ਫਰਕ ਨਹੀਂ ਹੈਗਾ। ਸੋ ਇਸੇ ਕਰਕੇ ਜਿਹੜਾ ਹੈ ਇਹੋ ਹੀ ਜਿਹੜੇ ਹਾਲਾਤ ਨੇ, ਉਹ ਚੰਡੀਗੜ੍ਹ ਦੇ 2 ਕੇਸ ਨੇ ਉਹ ਵੀ ਇੰਨੇ ਸਾਲ ਪੁਰਾਣੇ ਨੇ। ਉਹ ਅਸੀਂ ਦਰਖਾਸਤਾਂ ਦਿੱਤੀਆਂ ਵੀ ਉਹਨਾਂ ਦਾ ਟਰਾਇਲ ਕਰੋ, ਉਹਨਾਂ ਨੂੰ ਚਲਾਓ। ਮੇਰੇ ਖਿਲਾਫ਼ ਜਿਹੜੀ ਹੈਗੀ ਆ ਕੇਸਾਂ ਦੀ ਇੰਨੀ ਚਿਰ ਲੰਬੀ ਜਿਹੜੀ ਹੈ ਉਹ ਪੈਂਡਿੰਗ ਨਹੀਂ ਰੱਖਣੀ ਚਾਹੀਦੀ। ਚੰਡੀਗੜ੍ਹ 'ਚ ਵੀ ਇਹੋ ਜਿਹੀ ਲਿਆ ਨਹੀਂ ਸਕਦੇ ਜੀ, ਸਿਕਿਉਰਟੀ ਦਾ ਮਾਮਲਾ ਹੈ, ਸਿਕਿਉਰਟੀ ਜਿਹੜੀ ਹੈਗੀ ਆ ਨਹੀਂ ਸਕੋ ਹੈਗੀ। ਇੱਕ ਸਟੇਟ ਜਿਹੜੀ ਇੱਕ ਮੁਲਜ਼ਮ ਨੂੰ ਪੇਸ਼ ਨਹੀਂ ਕਰ ਸਕਦੀ ਅਤੇ ਉਹ ਕੀ ਉਹਦੀ ਜਿਹੜੀ ਅਸੀਂ ਸਿਫਤ ਕਰੀਏ। ਸੋ ਚੰਡੀਗੜ੍ਹ ਦੇ ਵੀ 2 ਕੇਸ ਜਿਹੜੇ ਨੇ ਉਹਨਾਂ 'ਚ ਕੋਈ ਪ੍ਰੋਗਰੈਸ ਨਹੀਂ ਹੋ ਰਹੀ, ਮੋਹਾਲੀ ਦੇ ਕੇਸਾਂ 'ਚ ਵੀ ਇੱਦਾਂ ਹੋ ਰਹੀ ਹੈ। ਸਾਡੀਆਂ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹਦੇ ਵਿੱਚ ਪੰਜਾਬ ਵਾਲੇ ਵੀ ਹਾਜ਼ਰ ਸੀ, ਯੂਟੀ ਵਾਲੇ ਵੀ ਹਾਜ਼ਰ ਸੀ, ਅਸੀਂ ਇਹੋ ਗੱਲ ਕਹਿੰਦੇ ਸੀ ਵੀ ਤੁਸੀਂ ਸਾਨੂੰ ਕੋਈ ਕਾਨੂੰਨ ਦੀ ਕੋਈ ਇਹ ਤਾਂ ਮਦਦ ਦੱਸੋ ਵੀ ਇੱਕ ਆਦਮੀ ਨੂੰ 20 ਜਾਂ 25 ਸਾਲ ਜਿਹੜਾ ਵਿਦਾਊਟ ਟਰਾਇਲ ਰੱਖਿਆ ਜਾ ਸਕਦਾ, ਉਹਨੂੰ ਪੇਸ਼ ਨਾ ਅਦਾਲਤ 'ਚ ਕਰੋ। ਇਹ ਤੁਸੀਂ ਆਪਣੀ ਹੈਲਪਲੈਸ ਨਾਲ ਸ਼ੋਅ ਕਰ ਰਹੇ ਹਾਂ ਵੀ ਅਸੀਂ ਪੇਸ਼ ਨਹੀਂ ਕਰ ਸਕਦੇ। ਇਹ ਵੀ ਕੋਈ ਸਟੇਟ ਸਟੈਂਡ ਲੈ ਸਕਦੀ ਹੈ ਵੀ ਸਾਡੇ ਕੋਲ ਜਿਹੜਾ ਪੇਸ਼ ਕਰਨ ਦੀ ਕਾਬਲ ਨਹੀਂ ਹੈਗੀ ਅਸੀਂ। ਇਹਦਾ ਮਤਲਬ ਤੁਸੀਂ ਕਾਬਲ ਨਹੀਂ ਹੈਗੇ ਤਾਂ ਉਹਦਾ ਮਤਲਬ ਉਹ ਵਿਦਾਊਟ ਹੀ ਟਰਾਇਲ ਜਿਹੜਾ ਬੰਦਾ ਜਿਹੜਾ ਸਫ਼ਰ ਕਰਦਾ ਰਹੇਗਾ। ਇਹਨਾਂ ਕੇਸਾਂ 'ਚ ਮੈਡਮ ਪੋਸੀਬਲ ਜਿਹੜੀ ਹੈ ਨਾ ਉਹ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੈ ਸਾਰਿਆਂ 'ਚ, ਅਤੇ ਉਹ 25 ਜਾਂ 20 ਸਾਲ ਤੋਂ ਕਹਿ ਚੋ ਹੈ। ਇੱਕ ਕੇਸ ਜਿਹਦੇ 'ਚ ਛੋਟੀ ਜਿਹੀ ਸਜ਼ਾ ਹੋ ਸਕਦੀ ਹੈ, ਉਹ 25 ਸਾਲ ਦਾ 20 ਸਾਲ ਦਾ ਬੰਦੇ ਨੂੰ ਅੰਦਰ ਰੱਖਣਾ ਕਿਹੜਾ ਕਾਨੂੰਨ ਹੈ? ਹਰ ਪੇਸ਼ੀ 'ਤੇ ਹਰ ਮਾਮਲੇ 'ਤੇ ਸਾਡੇ ਨਾਲ 2-3 ਨਾਲ ਵਾਅਦਾ ਕਰਕੇ ਵੀ ਅਸੀਂ ਪੇਸ਼ ਕਰ ਰਹੇ ਹਾਂ, ਫਿਰ ਇਹ ਡਰਾਮਾ ਕਰੀ ਜਾਂਦੇ। ਸਰ, ਜਿੱਥੋਂ ਤੱਕ ਤੁਸੀਂ ਕਿਹਾ ਵਾਅਦੇ ਦੀ ਗੱਲ ਕੀਤੀ ਹੋ, ਜਿੱਥੋਂ ਤੱਕ ਤੁਸੀਂ ਆਪ ਕਾਨੂੰਨੀ ਮਾਹਿਰ ਹੋ ਗਏ ਔਰ ਬਹੁਤ ਲੰਮੇ ਸਮੇਂ ਤੋਂ ਤੁਸੀਂ ਵਕਾਲਤ ਕਰ ਰਹੇ ਹੋ ਔਰ ਬਹੁਤ ਸੀਨੀਅਰ ਵਕੀਲ ਹੈਗੇ, ਔਰ ਖਾਸ ਕਰਕੇ ਜੇ ਜਗਤਾਰ ਸਿੰਘ ਹਵਾਰਾ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਾਰੀ ਜਿਹੜੀ ਹੈ ਲੰਮੇ ਸਮੇਂ ਤੋਂ ਤੁਸੀਂ ਪੈਰਵਾਈ ਕਰ ਰਹੇ ਹੋ, ਜਿੱਥੋਂ ਤੱਕ ਇਹ ਸਾਰੇ ਦੇ ਸਾਰੇ ਹੁਣ ਕੀ ਹੋਏਗਾ, ਵਾਟ ਨੈਕਸਟ? ਪ੍ਰੋਡਕਸ਼ਨ ਵਾਰੰਟ ਤੁਹਾਨੂੰ ਦੁਬਾਰਾ ਤੋਂ ਕਰਨੇ ਪੈਣਗੇ, ਮਤਲਬ ਉਹਨੂੰ ਤਾਮੀਲ 'ਚ ਲਿਆਉਣਾ ਪਏਗਾ ਜਾਂ ਉਹ ਲੈ ਕੇ ਜਾਣਾ ਪਏਗਾ ਜਾਂ ਜਿੱਦਾਂ ਵੀ ਹੈ? ਔਰ ਦੂਸਰੇ ਪਾਸੇ ਜਿਹੜਾ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਆਪ ਵਕੀਲ ਹੋਣ ਦੇ ਬਾਵਜੂਦ ਤੁਸੀਂ ਇਹ ਕਹਿੰਦੇ ਹੋ ਕਿ ਕਿਹੜਾ ਕਾਨੂੰਨ ਹੈ, ਇਸ ਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਅਸੀਂ ਤਾਂ ਇਹੋ ਗੱਲ ਕਹਿੰਦੇ ਹਾਂ ਨਾ, ਜਿੰਨਾ ਚਿਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਦਾ, ਨਹੀਂ ਕਰਦੇ, ਉਹਦਾ ਵਕੀਲ ਜਿਹੜਾ ਉਹਦੇ ਨਾਲ ਕੋਈ ਨਾ ਗੱਲ ਕਰਦਾ, ਕੇਸ ਦੀ ਸਾਰੀ ਦੀ ਸਾਰੀ ਜਿਹੜੇ ਅਸੀਂ ਕੇਸ ਉਹਦੀ ਪੈਰਵੀ ਕਰਨੀ ਆ ਜੀ, ਉਹਦੇ ਦੱਸਣ 'ਤੇ ਕਰਨੀ ਆ ਜੀ। ਜੋ ਉਹਨੂੰ ਅਸੀਂ ਇਹ ਪੁੱਛਣ ਦੀ ਗੱਲ ਵੀ ਕਰ ਸਕਦੇ ਹਾਂ ਵੀ ਤੁਸੀਂ ਹੋਇਆ ਕੀ ਹੈ, ਦਰਅਸਲ ਹੋਇਆ ਕਿ ਨਹੀਂ ਹੋਇਆ, ਜਾਂ ਤੁਹਾਡਾ ਕੀ ਰੋਲ ਹੈ। ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਵੀ ਜੋ ਮੁਲਜ਼ਮ ਦੇ ਅਤੇ ਵਕੀਲ ਦੇ ਦਰਮਿਆਨ ਗੱਲ ਹੋਏਗੀ ਉਹਨੂੰ ਕੋਈ ਵੀ ਨਹੀਂ ਸੁਣ ਸਕਦਾ ਜੀ। ਉਹਦਾ ਇਹ ਇੰਨਾ ਵੱਡਾ ਉਹਨੂੰ ਰੁਤਬਾ ਹੈ, ਵਕੀਲ ਤੋਂ ਸਿਵਾਏ ਉਹ ਕਿਸੇ ਨੂੰ ਦੱਸਣ ਨੂੰ ਪਾਬੰਦ ਵੀ ਨਹੀਂ ਹੈਗੀ, ਈਵਨ ਜੱਜ ਵੀ ਨਹੀਂ ਉਹਨੂੰ ਪੁੱਛ ਸਕਦਾ, ਜੱਜ ਵੀ ਇਹਦੇ 'ਚ ਇੰਟਰਫੀਅਰ ਨਹੀਂ ਕਰ ਸਕਦਾ। ਹੁਣ ਬੰਦਾ ਜਿਹੜਾ ਕਸਟੱਡੀ 'ਚ ਹੈ, ਦਿੱਲੀ ਬੈਠਾ ਹੈ, ਵੀਡੀਓ ਕਾਨਫਰੰਸ ਰਾਹੀਂ ਉਹਦੀ ਜਿਹੜੀ ਹੈ ਪੇਸ਼ੀ ਹੋ ਰਹੀ, ਮੇਰਾ ਉਹਦੇ ਨਾਲ ਕੰਟੈਕਟ ਕੀ ਹੋਇਆ ਜੀ? ਮੈਂ ਉਹਦੇ ਨਾਲ ਗੱਲ ਕਰਨ ਦਾ ਜਿਹੜਾ ਸਾਰੀ ਅਦਾਲਤ ਲੱਗੀ ਹੈ, ਸਰਕਾਰੀ ਵਕੀਲ ਬੈਠੇ, ਹੋਰ 20 ਆਦਮੀ ਦੱਸੇ, ਉਹ ਮੈਨੂੰ ਕੀ ਦੱਸੂਗਾ? ਕੁਛ ਵੀ ਨਹੀਂ ਦੱਸੂਗਾ। ਇਸ ਕਰਕੇ ਉਹ ਜਿਹੜਾ ਕੇਸ ਜਿਹੜੀ ਹੈਗੀ ਹੈ ਕਲਾਇੰਟ ਔਰ ਐਡਵੋਕੇਟ ਦੇ ਵਿੱਚ ਉਹ ਮੇਨਟੇਨ ਨਹੀਂ ਹੋ, ਉਹ ਮੇਨਟੇਨ ਨਹੀਂ ਹੋ। ਦੂਜੀ ਗੱਲ ਹੈ ਵੀ ਇਹ ਕਾਨੂੰਨ ਜਿਹੜਾ ਸਾਡਾ ਹੈ ਵੀ ਜਿੱਥੇ ਬੰਦੇ ਦਾ ਕੇਸ ਚੱਲਦਾ ਹੈ, ਹੁਣ ਮੋਹਾਲੀ ਕੇਸ ਚੱਲਦਾ ਹੈ, ਉਹਨੂੰ ਮੋਹਾਲੀ ਜੇਲ੍ਹ 'ਚ ਰੱਖਣਾ, ਮੋਹਾਲੀ ਨਾਲ ਜਿਹੜੀ ਜੇਲ੍ਹ ਅਟੈਚ ਨੇ। ਚੰਡੀਗੜ੍ਹ ਕੇਸ ਚੱਲਦਾ ਹੈ, ਉਹ ਚੰਡੀਗੜ੍ਹ ਜੇਲ੍ਹ 'ਚ ਰੱਖਣ। ਜੇ ਇੱਕ ਗੱਲ ਠੀਕ ਹੈ ਵੀ 2 ਕੇਸ ਇੱਕ ਥਾਂ ਮੋਹਾਲੀ ਆ ਗਈ ਅਤੇ ਇੱਕ ਥਾਂ ਚੰਡੀਗੜ੍ਹ ਆ ਗਿਆ, ਇਹਨਾਂ ਦੋਨੋਂ 'ਚੋਂ ਇੱਕ ਜਗ੍ਹਾ 'ਤੇ ਰੱਖਣਾ ਹੀ ਪਊਗਾ ਨਾ ਜੀ, ਤਾਂ ਕਿ ਹੁਣ ਦੇਖੋ ਨਾ, ਮੋਹਾਲੀ ਰੱਖਿਆ ਜਾਏ ਅਤੇ ਰੋਪੜ ਤੋਂ ਚਾਹੇ ਪਟਿਆਲੇ ਤੋਂ ਪੇਸ਼ ਕਰਨਾ ਕਿੰਨਾ ਸੌਖਾ ਹੈ? ਕਿੱਥੇ 250 ਕਿਲੋਮੀਟਰ ਦਿੱਲੀ ਦਾ ਫਾਸਲਾ, ਕਿੱਥੇ ਪਟਿਆਲੇ ਦਾ 75 ਕਿਲੋਮੀਟਰ, ਚਾਹੇ ਜਿਹੜੀ ਹੈਗੀ ਆ ਜਿਹੜੀ ਜੀ ਰੋਪੜ ਆ
ਉਹਦਾ 40 ਕਿਲੋਮੀਟਰ ਦਾ ਫਾਸਲਾ ਹੈ ਜਾਂ 35 ਕਿਲੋਮੀਟਰ ਦਾ, ਅਤੇ ਚੰਡੀਗੜ੍ਹ ਦੀ ਜਿਹੜੀ ਅਦਾਲਤਾਂ ਅਤੇ ਜੇਲ੍ਹ ਦਾ ਮਸਾਂ 3-4 ਕਿਲੋਮੀਟਰ ਦਾ ਫਾਸਲਾ ਹੈ, ਕਿੰਨਾ ਸੌਖਾ ਹੈ। ਪਰ ਵਕੀਲ ਸਾਹਿਬ, ਜਿੱਥੇ ਇੱਕ ਉਹਨਾਂ ਦੇ ਨਾਲ ਜੇ ਜਗਤਾਰ ਹਵਾਲੇ ਦੀ ਗੱਲ ਕਰੀਏ ਤਾਂ ਜੇਲ੍ਹ ਬ੍ਰੇਕ ਨਹੀਂ ਭੁੱਲਿਆ ਜਾ ਸਕਦਾ, ਉਹ ਵੀ ਇੱਕ ਜਿਹੜੀ ਗੱਲ ਸੀ। ਕਿਤੇ ਉਹ ਉਸ ਇੰਪੈਕਟ ਦੇ ਨੀਚੇ ਤਾਂ ਨਹੀਂ ਸਟੇਟ ਜਿਹੜਾ ਹੈ ਵਾਰ ਵਾਰ ਅਪੀਲ ਲੈ ਰਿਹਾ? ਇਹ ਨਹੀਂ, ਦੇਖੋ ਇਹ ਗੱਲ ਜਿਹੜੀ ਹੈ, ਜੇ ਉਹਨਾਂ ਨੇ ਜੇਲ੍ਹ ਬ੍ਰੇਕ ਕੀਤੀ ਹੈ ਨਾ, ਉਹ ਕੇਸ ਚੱਲਿਆ ਹੈ, ਉਹਨਾਂ 'ਚ ਉਹਨਾਂ ਨੇ ਸਜ਼ਾ ਹੋ ਗਈ, ਭੁਗਤ ਵੀ ਲਈ ਹੈ। ਜੇ ਹੁਣ ਸਟੇਟ ਇਹ ਸਟੈਂਡ ਲਈ ਜਾਏ ਵੀ ਉਹ ਬੜਾ ਖਤਰਨਾਕ ਹੈ, ਉਹਦਾ ਟਰਾਇਲ ਤਾਂ ਕਰਨਾ ਹੀ ਆ ਜੀ, ਟਰਾਇਲ ਦਾ ਪ੍ਰੋਸੀਜਰ ਤਾਂ ਇੱਕੋ ਹੀ ਹੈ ਨਾ ਜੀ, ਜਿਹੜਾ ਖਤਰਨਾਕ ਹੈ ਉਹਦੇ ਲਈ ਜ਼ਿਆਦਾ ਸਿਕਿਉਰਿਟੀ ਲਾ ਦਿਓ। ਜੇ ਉਹ ਪਹਿਲੇ ਸਾਰੇ ਪੰਜਾਬ ਦੇ ਵਿੱਚ ਕਦੀ ਜਿਹੜਾ ਮੈਂ ਤੁਹਾਨੂੰ ਜੇ ਬੇਨਤੀ ਕੀਤੀ, ਲੁਧਿਆਣਾ ਲਈ ਫਿਰਦੇ ਰਹੇ ਆ, ਜਿਹੜਾ ਅਨੰਦਪੁਰ ਸਾਹਿਬ ਲਈ ਫਿਰਦੇ ਰਹੇ ਨੇ, ਉਦੋਂ ਸਿਕਿਉਰਿਟੀ ਦਾ ਕੀ ਗੱਲ ਸੀ? ਹੁਣ ਬਲਵੰਤ ਸਿੰਘ ਜਿਹੜਾ ਹੈ ਉਹ ਵੀ ਇਸੇ ਕੈਟੇਗਰੀ ਦਾ ਨਾ ਜੀ, ਬਲਵੰਤ ਸਿੰਘ ਰੋਜ਼ ਹਸਪਤਾਲ ਤੁਰਿਆ ਰਹਿੰਦਾ ਹੈ, ਪਟਿਆਲੇ ਰੋਜ਼ ਉਹਨੂੰ ਕਚਹਿਰੀਆਂ 'ਚ ਲਈ ਫਿਰਦੇ ਨੇ, ਉਹਦੀ ਅਤੇ ਇਹਦੀ ਸਿਕਿਉਰਿਟੀ ਦਾ ਜਿਹੜਾ ਕੀ ਫਰਕ ਹੈ? ਸੋ ਜੇ ਬੰਦਾ ਸਰਕਾਰ ਇਹ ਗੱਲ ਕਰਦੀ ਹੈ ਨਾ, ਦੇਖੋ ਉਹਦਾ ਡਿਫੈਂਸ ਜਿਹੜਾ ਉਹਦਾ ਰਾਈਟ ਲੱਲਣਾ ਵੀ ਉਹਨੂੰ ਪੇਸ਼ ਹੀ ਨਹੀਂ ਕਰਨਾ, ਉਹ ਆਪਣੇ ਵਕੀਲ ਨੂੰ ਨਹੀਂ ਮਿਲ ਸਕਦਾ, ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਮਿਲ ਸਕਦਾ, ਕਾਹਦਾ ਟਰਾਇਲ? ਇਹ ਤਾਂ ਇੱਕ ਰਕਮ ਦਾ ਫਰਾਡ ਹੈ, ਇੱਕ ਸਿਸਟਮ ਜਿਹੜਾ ਹੈ ਉਹਨੂੰ ਜਾਣ ਬੁੱਝ ਕੇ ਸਰਕਾਰ ਜਿਹੜੇ ਆਪਣੇ ਸਿਸਟਮ ਨੂੰ ਆਪ ਹੀ ਤੋੜ ਰਹੀ ਹੈ, ਅਤੇ ਇਨਸਾਫ ਕਿੱਥੋਂ ਕੀ ਸਮਝਿਆ ਜਾਏਗਾ ਵੀ ਇਨਸਾਫ ਹੋ ਰਿਹਾ? ਅਤੇ ਜਿਹੜਾ ਫਿਰ ਮੈਂ ਇੱਕ ਗੱਲ ਨੂੰ ਜਿਹੜਾ ਦੁਹਰਾ ਦਿਆਂ ਵੀ ਜਿਸ ਕੇਸ 'ਚ 10 ਸਾਲ ਦੀ ਸਜ਼ਾ ਹੋਣੀ ਆ, ਉਹਨੂੰ 20 ਸਾਲ ਦਾ ਅੰਦਰ ਤੁਸੀਂ ਅੱਗੇ ਤਾਂ ਕਾਹਦੇ ਲਈ ਟਰਾਇਲ ਕਰਨਾ ਹੁਣ ਜੀ? 20 ਸਾਲ ਤੋਂ ਬਾਅਦ ਹੁਣ ਉਹਨੂੰ ਹੋਰ ਕੈਦ ਕਰਨੀ ਆ? ਸੋ ਇਸ ਕਰਕੇ ਬੜੀ ਬਦਕਿਸਮਤੀ ਆ, ਅਸੀਂ ਪਿਛਲੇ 6 ਮਹੀਨਿਆਂ ਤੋਂ ਅਦਾਲਤਾਂ ਦੇ ਮਗਰ ਧੱਕੇ ਖਾਂਦੇ ਫਿਰਦੇ ਹਾਂ, ਅਤੇ ਇਹ ਜਿਹੜੀਆਂ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਨੇ, ਕੱਲ੍ਹ ਵੀ ਮੀਟਿੰਗ ਹੈਗੀ ਸੀ ਇੱਕ, ਸਾਨੂੰ ਦੁਬਾਰਾ ਦੁਬਾਰਾ ਕਹੀ ਜਾਂਦੇ ਵੀ ਤੁਸੀਂ ਇਸ ਗੱਲ ਨੂੰ ਮੰਨੋ ਵੀ ਉਹਦੀ ਵੀਡੀਓ ਕਾਨਫਰੰਸ ਰਾਹੀਂ ਟਰਾਇਲ ਹੋ ਜਾਵੇ। ਅਸੀਂ ਇਹ ਕਹਿੰਦੇ ਹਾਂ ਤੁਸੀਂ ਸਾਨੂੰ ਕਾਨੂੰਨ ਦੱਸੋ ਵੀ ਕਿਹੜਾ ਕਾਨੂੰਨ ਹੈ। ਹਾਂਜੀ, ਜੇ ਉਹ ਕਹਿੰਦੇ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕਾਨੂੰਨ ਦੀਆਂ ਤੁਸੀਂ ਸਾਨੂੰ ਗੱਲਾਂ ਕਹਿੰਦੇ ਵੀ ਕਾਨੂੰਨ ਜਿਹੜਾ ਮਾਨਤਾ ਦੇਣੀ ਚਾਹੀਦੀ, ਕਾਨੂੰਨ ਦੀ ਜਿਹੜੀ ਆ ਰਿਸਪੈਕਟ ਕਰਨੀ ਚਾਹੀਦੀ ਹੈ, ਜਿਹੜੀ ਤੁਸੀਂ 20 ਸਾਲ ਤੋਂ ਬੰਦਾ 22 ਸਾਲ ਤੋਂ 23 ਸਾਲ ਤੋਂ ਅੰਦਰ ਰੱਖਿਆ, ਤੁਸੀਂ ਆਪਣੇ ਕਾਨੂੰਨ ਦੀ ਕੀ ਰਿਸਪੈਕਟ ਕਰਦੇ ਹਾਂ? ਕਾਨੂੰਨ ਨੂੰ ਤਾਂ ਤੋੜਨ ਵਾਲੇ ਤੁਸੀਂ ਹਾਂ। ਸਰ, ਇਹਦਾ ਮਤਲਬ ਹੈ ਕਿ ਇੱਕ ਅੰਡਰ ਟਰਾਇਲ ਜਿਹਨੂੰ ਮੁਲਜ਼ਮ ਕਹਿੰਦੇ ਆ, ਉਹ ਹਜੇ ਮੁਜਰਿਮ ਤੱਕ ਤਾਂ ਪਹੁੰਚਿਆ ਹੀ ਨਹੀਂ, ਅਤੇ ਪਹਿਲੇ ਹੀ ਉਹ 20 ਸਾਲ ਦੀ ਸਜ਼ਾ ਜਿਹੜੀ ਹੈ ਉਹ ਕੱਟ ਚੁੱਕਿਆ ਹੈ, ਉਹ ਹਜੇ ਤੱਕ ਮੁਲਜ਼ਮ ਹੈਗਾ, ਅੰਡਰ ਟਰਾਇਲ ਹੈਗਾ, ਇਜ਼ ਨੋਟ ਕਨਵਿਕਟ। ਸੋ ਉਹ 20 ਈਅਰਸ ਦੀ ਆਲਰੇਡੀ ਸਜ਼ਾ ਕੱਟ ਚੁੱਕਿਆ, ਤੁਹਾਡਾ ਇਹ ਪਲੀ ਹੈਗੀ ਹੈ ਕਿ ਜੇ ਉਹ ਅੰਡਰ ਟਰਾਇਲ ਹੋ ਕੇ ਮੁਲਜ਼ਮ ਹੋ ਕੇ ਇੰਨੇ ਸਾਲਾਂ ਦੀ ਸਜ਼ਾ ਕੱਟ ਚੁੱਕੇ, ਜਿਸ ਪਰਟੀਕੁਲਰ ਕੇਸ 'ਚ ਉਹਨੂੰ ਸਿਰਫ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ, ਅਤੇ ਹੁਣ ਟਰਾਇਲ ਜਾਂ ਕਿਸੇ ਵੀ ਤਰੀਕੇ ਦਾ ਅਦਾਲਤ 'ਚ ਖੜ੍ਹੇ ਹੋ ਕੇ ਕੋਈ ਵੀ ਕੇਸ ਚਲਾਉਣ ਦਾ ਮਤਲਬ ਕੀ ਰਹਿ ਜਾਂਦਾ? ਇਹਦੇ 'ਚ ਇਸ ਗੱਲ ਨੂੰ ਤਾਂ ਉਹ ਚੱਲਦੇ ਹੀ ਨਹੀਂ ਨਾ ਜੀ, ਇਸ ਗੱਲ ਨੂੰ ਮਹਿਸੂਸ ਹੀ ਨਹੀਂ ਕਰਦੇ ਵੀ ਬੰਦਾ 20 ਸਾਲ ਜਾਂ 22 ਸਾਲ ਤੋਂ ਬਗੈਰ ਗੈਰ ਕਾਨੂੰਨੀ ਤੋਂ ਜਿਹੜਾ ਸਿਸਟਮ 'ਚ ਅੰਦਰ ਹੈ। ਦੇਖੋ ਅੱਜ ਜਿਹੜੀ ਪੇਸ਼ੀ ਹੋਈ ਹੈ ਉਹਦੇ 'ਚ ਜੱਜ ਜਿਹੜਾ ਮੋਹਾਲੀ ਵਾਲਾ ਇਹ ਗੱਲ ਕਹਿ ਬੈਠਾ ਜੀ, ਇਸ ਕੇਸ 'ਚ ਜਿਹੜਾ ਮੇਰੇ ਕੋਲ ਕੇਸ ਚੱਲ ਰਿਹਾ ਇਹਦੇ 'ਚ ਇਹਦੀ ਨਾ ਅਰੈਸਟ ਹੋਈ ਹੈ ਨਾ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ, ਇਹ ਮੈਂ ਕੇਸ ਕਿੱਦਾਂ ਟਰਾਈ ਕਰਾਂ? ਇਹਦਾ ਮਤਲਬ ਜੇ ਉਹ ਵਾਪਸ ਮੋੜ ਦਿੰਦਾ ਹੈ ਫਿਰ ਅਰੈਸਟ ਹੋਏਗੀ, ਫਿਰ ਦੁਬਾਰਾ ਚਲਾਨ ਪੇਸ਼ ਹੋਏਗਾ, ਪਤਾ ਨਹੀਂ 2 ਮਹੀਨੇ ਲੱਗਦੇ, 4 ਮਹੀਨੇ ਲੱਗਦੇ, 6 ਮਹੀਨੇ ਲੱਗਦੇ, 1 ਸਾਲ ਲੱਗਦਾ, ਮਤਲਬ ਹਰ ਇੱਕ ਗੱਲ ਜਿਹੜੀ ਹੈਗੀ ਆ ਇਹ ਗੁੰਝਲਦਾਰ ਬਣਾਈ ਜਾ ਰਹੀ ਹੈ। ਅਤੇ ਨਾਲੇ ਇੱਕ ਗੱਲ ਬੜੀ ਸਾਦੀ ਜੀ ਆ, ਇਹ ਸਾਡੇ ਮੁਲਕ ਦੇ ਵਿੱਚ ਕਾਨੂੰਨ ਇੱਦਾਂ ਦਾ ਹੀ ਆ ਵੀ ਕਿਸੇ ਨੇ 210 ਸਾਈਕਲ ਚੋਰੀ ਕਰ ਲਿਆ, ਉਹਨੂੰ ਪਹਿਲੇ ਅਰੈਸਟ ਕਰੋ, ਫਿਰ ਇਹਦੀ ਇੰਟੈਰੋਗੇਸ਼ਨ ਦਾ ਸਾਡਾ ਮਤਲਬ ਇਹ ਲੈਣਾ ਚਾਹੀਦਾ, ਉਹਨੂੰ ਟੋਰਚਰ ਕਰਦੇ ਨੇ, ਇੰਟੈਰੋਗੇਸ਼ਨ ਇਹ ਨਹੀਂ ਵੀ ਕੋਈ ਬੜੀ ਉੱਥੇ ਜਿਸ ਤਰ੍ਹਾਂ ਇਨਸਾਨੀਅਤ ਦੇ ਤੌਰ 'ਤੇ ਉਹਨੂੰ ਪੁੱਛਣਾ ਵੀ 10 ਚੋਰੀ ਕੀਤੀ ਕਿ ਨਹੀਂ ਕੀਤੀ, ਜੇ ਕੀਤੀ ਹੈ ਤਾਂ ਕਿਸ ਤਰ੍ਹਾਂ ਕੀਤੀ ਹੈ, ਟੋਰਚਰ ਨਹੀਂ ਕਰ ਸਕਦੇ। ਇਹ ਸਾਡੇ ਆਪਣੀਆਂ ਅਦਾਲਤਾਂ ਵੀ ਕਹੀ ਜਾਂਦੀਆਂ, ਲੇਕਿਨ ਅਦਾਲਤਾਂ ਉਸ ਦੇ ਬਾਵਜੂਦ ਵੀ ਜਿਹੜਾ ਹੈ ਉਹਨੂੰ ਰਿਮਾਂਡ ਦੇਈ ਜਾਂਦੀਆਂ ਨੇ। ਰਿਮਾਂਡ ਦੇਣ ਦੇ ਨਾਲ ਲੋਕਾਂ ਦੀ ਜਿਹੜੀ ਹੈ ਕਿ ਜਿਹੜੇ ਟੋਰਚਰ ਜਿਹੜੇ ਜਾਂਦੇ ਨੇ ਜਿਹਨਾਂ ਨੂੰ ਪੁਲਿਸ ਰਿਮਾਂਡ 'ਚ ਲੈ ਜਾਂਦੇ ਨੇ, ਨਾ ਤਾਂ ਉੱਥੇ ਰੋਟੀ ਮਿਲਦੀ ਹੈ, ਨਾ ਉੱਥੇ ਨਹਾਉਣ ਦੀ ਕੋਈ ਫੈਸਿਲਿਟੀ ਹੈ, ਨਾ ਉੱਥੇ ਟੱਟੀ ਦੀ ਫੈਸਿਲਿਟੀ ਹੈ, ਅਤੇ ਇਸ ਤਰ੍ਹਾਂ ਦੀਆਂ ਬਹੁਤ ਹੀ ਮੁਸ਼ਕਲਾਂ ਹੈ। ਟੋਰਚਰ ਕਰਦੇ ਨੇ ਜਿਹੜਾ ਬਿਜੌਂਡ ਵੇਰੇਬਲ ਹੁੰਦਾ, ਹਾਂਜੀ ਕਈ ਦਫ਼ਾ ਉਹਨਾਂ ਦੇ ਹੱਡ ਪੈਰ ਤੋੜ ਦਿੰਦੇ ਨੇ। ਇਹ ਦੱਸੋ ਇਨਵੈਸਟੀਗੇਸ਼ਨ ਦਾ ਪਾਰਟ ਹੈ, ਸਾਡੀਆਂ ਆਪਣੀਆਂ ਹਾਈਕੋਰਟ ਦੀ ਸੁਪਰੀਮ ਕੋਰਟ ਦੀ ਅਥੋਰਿਟੀ ਵੀ ਬੰਦੇ ਨੂੰ ਟੋਰਚਰ ਨਹੀਂ ਕਰ ਸਕਦੇ ਤੁਸੀਂ, ਲੇਕਿਨ ਫਿਰ ਵੀ ਟੋਰਚਰ ਹੋਈ ਜਾ ਰਹੇ ਨੇ। ਨਾਲੇ ਪ੍ਰੋਵੀਜ਼ਨ ਵੀ ਕਰਦੀ ਸੀ ਵੀ ਤੁਸੀਂ ਇਹਦਾ ਮੈਡੀਕਲ ਕਰਾਉਣਾ, ਮੈਡੀਕਲ ਕਰਾਉਣ ਦੇ ਬਾਵਜੂਦ ਹੀ ਡਾਕਟਰਾਂ ਕੋਲ ਇੰਨਾ ਹੌਸਲਾ ਨਹੀਂ ਵੀ ਉਹ ਦੱਸਣ ਵੀ ਇਹ ਟੋਰਚਰ ਹੋਇਆ। ਟੋਰਚਰ ਹੋਈ ਦੀਆਂ ਨਿਸ਼ਾਨੀਆਂ ਮਿਲ ਜਾਣੀਆਂ ਨੇ, ਉਹਨਾਂ ਦੀਆਂ ਚੋਟਾਂ ਮਿਲ ਜਾਣਗੀਆਂ, ਉਹਨਾਂ ਦੀਆਂ ਜਿਹੜਾ ਉਹਨਾਂ ਦਾ ਤੁਰਨਾ ਜਿਹੜਾ ਉਹ ਠੀਕ ਨਹੀਂ ਹੋਏਗਾ, ਉਹਨਾਂ ਦਾ ਫੇਸ ਉਹਨਾਂ ਦੀ ਜਿਹੜੀ ਬੋਡੀ ਹੈ ਉਹ ਦੱਸੇਗੀ ਵੀ ਇਹ ਬੰਦਾ ਟੋਰਚਰ ਹੋਇਆ ਹੈ, ਲੇਕਿਨ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਬਣਦੀ ਨਹੀਂ। ਹੁਣ ਇਹ ਗੱਲ ਜਿਹੜੀ ਹੈਗੀ ਆ ਵੀ ਜੇ ਬਾਹਰਲੇ ਮੁਲਕਾਂ 'ਚ ਕਈਆਂ 'ਚ ਕਾਨੂੰਨ ਆ ਵੀ ਜੇ ਕਿਸੇ ਨੇ ਕ੍ਰਾਈਮ ਕੀਤਾ
उन्हों मत फड़ो, अरैसट करते ही नहीं वो, पहले सारी दी सारी जी हैगी इनवैसटीगेशन जी विदाउट अरैसट कर लेंगे, सारे का सारा एविडेंस कलैक्ट कर लेंगे, जदों टोटल एविडेंस वो खिलाफ ही कन्विंस हो जाते हैं ये बंदे ने किया है, फिर उन्होंने अरैसट करते हैं। मतलब जेडे साडे इत्थे ना महीनिया बद्दी कई दफा साल बद्दी बंदा रोलदा रहिंदा, वो एक मिनट नहीं उन्होंने रोल देंदे, जेड़ा है इनवैसटीगेशन करके फिर उन्होंने कहें भी हाँ तेरे खिलाफ हैगी है चलान, तुसी क्राइम किया है, फिर अदालत को जाते फिर अरैसट होंगी। कि जोड़ा इस गलते ना सुख है कि उन्होंने ना टॉर्चर होया, ना वो जेड़े जोड़ा है परिवार जोड़ा है बर्बाद होया, ना पुलिस नू जेड़ा है टॉ जेड़ा अरैसट करके फिर कभी उन्होंने जेल भेजो, कभी जेल चो लियाओ, कभी उन्होंने थाने च रखो, कभी थाने चो बाहर करो, ये सारिया गल्लां जांदियां ने। इस करके साडा सिस्टम जेड़ा इंप्रूवमेंट आंदा ही नहीं जी, ये लोगों की जिहड़ी है किसी ते केस बन जाना और उन्होंने अरैसट करना फिर उन्होंने इनवैसटीगेशन लै जाना, मतलब वो बर्बादी है, वो बर्बादी नहीं वो परिवार की बर्बादी, वो तो सदा ही लिए जो एडा वा दाग लग जाना उस जो जो फिर रिकनसाइल नहीं करता जिंदगी। जिस तरह हूँ ताड़ी आ देखो ना आप एक करोड़ की डाका बज गया है, हाँ जी इन्होंने अपने बंदे ने सारे इनवॉल्व मोस्टली, वो थानेदार अजय नहीं फड़िया जाता इन्होंने को, ठीक है ना जी। इस करके जे फड़ भी लैन गए तो जोड़ा है वो तो साढ़े लिए नॉर्मल आदमी लिए कानून जो डिफरेंट होएगा, ये नहीं होना चाहिए। लोगों ने जो जे किसी ने क्राइम किया ना जी उन्हें सज़ा मिलनी चाहिए, ना कि वो सज़ा का ये नहीं मतलब कि वह सारे का सारा उन्होंने शरीरक तौर पर समाजी तौर पर तो उन्होंने जोड़ा है जो आमदन के तौर पर उन्होंने बर्बाद ही कर दौ। हूँ देखो ना अपना इतने वैसे साढ़े कानूनी कानून के तौर पर है कि जी है इन्हों की प्रोटैक्शन होनी चाहिए, जिस तरह जुवेनाइल बच्चे बच्चे ट्रायल होंगे उन्होंने तुम अरैसट करके सीधा ही उत्थे जुवेनाइल हाउस चला जाना, फिर उन्होंने जी है आइडेंटिटी नहीं देनी, हाँ जी तो साढ़े की इतने हूँ जो फड़िया जाता वो मूँह से कपड़ा जहा पा लेंगे ने तो उन्होंने कैमरे अगर खिला लेंगे ने तो उत्थे कॉन्फ्रेंस कर रहे हैं भी ये मुलजम वो कि डेरोगेशन आएगी, कि मॉरली डाउन होएगा, कि इफेक्ट होएगा भी यार मैंने सारे नशर कर दिता, तो जे अल्टीमेटली बरी हो जाता उन्होंने वो आया कंपनसेशन दे देता कोई, एक दफा तो सारी की सारी जिंदगी तबाह करके रख दी, बर्बाद कर दिता, बदनाम कर दिता, ये की लोड़ है दसो। और कोई कौन बैठा है कॉन्फ्रेंस, डी जी पी बैठा है, कमिश्नर बैठा है, जर एस एस पी बैठा है, ये की लोड़ है जी, इन चीज़ों की सारी लोड़ नहीं। इस करके साडा जिहड़ा हुण हवारा साहब दी उहदे 34 केस पाए सन, 34 केसां दा हुण जदों अदालतां चलदियां ने वो 34 केसां च हर उन्हां केस च पेश करना चाहिए, नहीं तो सरकार कोई भी हक हकूक हैगा है वो केस सारी केसां ट्रांसफर कर दें, साडी कोई मानदा नहीं, असीं जदों कहिंदे आ भी जे केस हैगा हुण जदों उहदा एक केस चों बरी हो जांदा दो चों तिन्नां चों चौथा कढ लेंदे ने, चौथे तो बरी हुंदा पंजवां कढ लेंदे ने, पंजवें तो बरी हुंदा छेवां कढ लेंदे ने, मतलब ये कोई कानून तो नहीं ना गल हैगी भी जे उहदे क्राइम हाए सारे केस झूठे, सारे केसां चों बरी हो रहा सवाए बेअंत सिंह दे केस चों, चाहे एक जिहड़ी दौड़न की गल है जिहड़ी टनल खोल के बाकी सारे केसों चों बरी हो रहे ने। इस करके बंदे नूं विदाउट ट्रायल विदाउट ऑर्डर ऑफ कन्विक्शन अंदर रखना तो इस तों वड्डा मां बाप नहीं, तो जे सरकार अजे भी नहीं इस गल्ल नूं मानदियां तो ये बड़ी बदकिस्मती है। सर हुण नैक्सट जिहड़ा हैगा पर्टिकुलर मोहाली वाले च है, कदों हुण कोई अगला ऑर्डर की है इस च या कोई पता लग्गिया तुहानूं की करना? ऑर्डर 17 तरीक नूं पेश होएगा जी दोबारा जी, ये मेरे ख्याल दोबारा पेश करन दी तो कोई गल नहीं हैगी, फिर वीडियो कॉन्फ्रेंसिंग राहीं होएगी, आया चलान दे विच उहदा चार्ज फ्रेम कर दे कि नहीं वह वेखी जाऊ, असीं फिर ये अज उत्थे गल कीती सी भी तुसीं 15 अगस्त निकल जानी आ 17 नूं पेश करना, उत्थे तुसीं ऑर्डर करो भी उहदी प्रोडक्शन कीती जावे, वो जज कहिंदा उस दिन 17 नूं देखांगे की करना, सो उस दिन भी कुछ खास प्रोसीडिंग चाहे कार्रवाई होने की कोई पॉस नहीं हैगी। थैंक यू सर, थैंक यू सो मच, बहुत बहुत मेहरबानी जी तुहाडा। ਇਹ ਸਾਡੇ ਨਾਲ ਸੀਗੇ ਅਮਰ ਸਿੰਘ ਚਹਿਲ ਜਿਹੜੇ ਕਿ ਜਗਤਾਰ ਸਿੰਘ ਹਰਵਾਰਾ ਜਿਹੜੇ ਨੇ ਬੇਅੰਤ ਹੱਤਿਆਕਾਂਡ ਕਤਲਕਾਂਡ ਤੇ ਦੇ ਜਿਹੜੇ ਕਨਵਿਕਟ ਨੇ ਔਰ ਉੱਥੇ ਇਸ ਟਾਈਮ ਤਿਹਾੜ ਜੇਲ੍ਹ 'ਚ ਬੰਦ ਨੇ, ਉਹਨਾਂ ਦੀ ਜਿਹੜੇ ਮੋਹਾਲੀ ਅਤੇ ਚੰਡੀਗੜ੍ਹ ਦੇ ਕੇਸਿਸ ਦੇ ਬਾਰੇ ਅੱਜ ਗੱਲ ਹੋ ਰਹੀ ਸੀ, ਇੱਥੇ ਆਉਣਾ ਸੀ ਉਹਨਾਂ ਨੇ ਔਰ ਇੱਥੇ ਆ ਕੇ ਉਹਨਾਂ ਨੂੰ ਪੇਸ਼ ਕੀਤਾ ਜਾਣਾ ਸੀ ਇੱਥੋਂ ਦੇ ਕੇਸਿਸ ਦੇ ਵਿੱਚ,
पर नहीं लैके आया गया क्योंकि दिल्ली पुलिस ने एक चिट्ठी पहले ही भेज दी सी कि 15 अगस्त के कारण और नफरी पुलिस फोर्स की घट होने के कारण असी सिक्योरिटी रीजनज़ के कारण नहीं लैके आ सकते। पर हुण जिवें कि चल साहब ने दस्या, उन्होंने वकील ने है हवारा दे, उन्होंने दस्या कि 17 नूं फिर तरीक हैगी है और असी तो यही प्ली बार बार दे रहे हैं कि फिजिकल अपीयरेंस जी है मोहाली कोर्ट के चंडीगढ़ के केसिस से मोहाली के केसिस होनी चाहिए क्योंकि किसी भी जिहड़ा भी कोई अंडर ट्रायल हैगा जिदे ते कोई केस पिया हैगा तो वो अंडर ट्रायल है, उन्होंने बिल्कुल इस चीज़ का कॉन्स्टिट्यूशन भी या कानून है हक देता है कि उन्होंने उस अदालत दे विच फिजिकली पेश किया जाए तो उससे ट्रायल चलाई जाए। बाद दे फैसले की गल तो हैगी है कि फैसला की होंगे। इस वेले गल इत्थे ही खड़ी है कि 17 नूं दोबारा तो केस लगेगा तो जज साहब ने जिवें कि वकील साहब ने दस्या कि उन्होंने यही किया कि 17 नूं देखांगे कि फिजिकल अपीयरेंस के नाल हवारा नूं इत्थे पेश करना है कि फिर दोबारा तो वीडियो कॉन्फ्रेंसिंग नाल ही पेश किया जाएगा। कैमरा परसन सरबजीत दे नाल बिंदु सिंह चंडीगढ़, तुसीं देखदे रहो D5 चैनल पंजाबी। निडर हां, निरपक्ष हां, आजाद हां, सच कहां, गल करांगे सियासी हवा दी, होणगे हुकमराना नूं सिद्धे सवाल। सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगी हर पहलू ते रोज चर्चे, खुलांगे अंदरूनी राज, बनांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।